ਸੰਧੂ ਸਾਹਿਬ ਵਿਚਾਰੇ ਰਹੇ ਨੇ, ਉਹਨਾਂ ਨੂੰ ਜੇ ਜ਼ਮੀਨੀ ਹਕੀਕਤ ਪਤਾ ਹੋਵੇ ਤਾਂ ਉਹਨਾਂ ਨੂੰ ਸਮਝ ਹੋਵੇ ਨਾ, ਉਹਨਾਂ ਕਿਸਾਨੀ ਸੰਘਰਸ਼ ਵੇਖਿਆ ਦਾ ਉਹਨਾਂ ਨੂੰ 10-700 ਕਿਸਾਨਾਂ ਦਾ ਤਾਂ ਫਿਰ ਹੀ ਗੱਲ ਕਰਦੇ ਨਾ, ਉਹ ਤਾਂ ਇਨਾਮ ਦੀ ਮਿਲੀ ਟਿਕਟ ਲੈ ਕੇ ਆਏ ਆ, ਇਨਾਮ ਦੀ ਟਿਕਟ 'ਚ ਪਤਾ ਹੀ ਹੁੰਦਾ ਕਿ ਚਲੋ 5-7 ਦਿਨ 10 ਦਿਨ ਤੁਰ ਫਿਰ ਲਓ, ਉਸ ਤੋਂ ਵੱਧ ਉਹਨਾਂ ਦਾ ਦਰਦ ਨਹੀਂ ਹੈਗਾ ਇਸ ਪ੍ਰਤੀ। ਸੋ ਇਹ ਇਹਨਾਂ ਨੂੰ ਹੁਣ ਕੋਈ ਸ਼ੱਕ ਨਹੀਂ, ਪਿੰਡਾਂ ਦੇ 'ਚ ਰਹਿੰਦੇ ਨੇ ਸਾਰੀਆਂ ਪਾਰਟੀਆਂ ਦੇ ਲੋਕ ਰਹਿੰਦੇ ਨੇ, ਪਰ ਜਵਾਬ ਤਲਬੀ ਦਾ ਜੇ ਕਿਸਾਨ ਦੇ ਜਿਹੜਾ ਮੰਗ ਰਿਹਾ ਉਹਦੀ ਤਾਂ ਤੁਹਾਨੂੰ ਦੇਣੀ ਪਊਗੀ ਨਾ। 700 ਕਿਸਾਨ ਸ਼ਹੀਦ ਹੋ ਗਿਆ, ਕੋਈ ਜਵਾਬ ਨਹੀਂ ਹੈਗਾ, ਤੁਸੀਂ ਪਰਚੇ ਕੈਂਸਲ ਕਰਾਉਣੇ, ਤੁਹਾਡਾ ਕੋਈ ਜਵਾਬ ਨਹੀਂ ਹੈਗਾ। ਸੋ ਸਾਰੀਆਂ ਚੀਜ਼ਾਂ 'ਤੇ ਜਵਾਬ ਦੇਣਾ ਸੀ। ਆਹ ਸੰਧੂ ਸਾਹਿਬ, ਮੈਂ ਉਹਨਾਂ ਬਾਰੇ ਕੀ ਕਹਾਂ, ਉਹ ਧਰਾਤਲ ਤੋਂ ਦੂਰ ਸੋਚਣ ਡੇ, ਕਿਉਂਕਿ ਇਹ ਪਾਕਿਸਤਾਨ ਨਾਲ ਵੀ ਵਪਾਰ ਖੋਲ੍ਹਣਾ ਅਤੇ ਪਾਕਿਸਤਾਨ ਦੀ ਸਹਿਮਤੀ ਬੜੀ ਜ਼ਰੂਰੀ ਆ ਕਿ ਸਾਡਾ ਪਾਕਿਸਤਾਨ ਦੇ ਨਾਲ ਉਹ ਸਾਡੀਆਂ ਸਬਜ਼ੀਆਂ ਲੈਂਦੇ ਨਹੀਂ। ਕਾਰਗੋ ਜੇ ਲੈ ਕੇ ਜਾਣਾ ਹੈ ਤਾਂ ਕਾਰਗੋ ਫਲਾਈਟਸ ਜਿਹੜੀਆਂ ਨੇ ਉਹ ਸ਼ੁਰੂਆਤ ਹੋਣੀਆਂ ਨੇ, ਉਹਦਾ ਤਿਆਰ ਜਿਹੜੀ ਪ੍ਰੋਸੈਸ ਚੱਲ ਹੀ ਰਿਹਾ, ਅਤੇ ਜਦੋਂ ਇੱਥੇ ਇੱਕ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਸਪੋਰਟ ਕਰੂਗੀ ਡਿਵਰਸੀਫਿਕੇਸ਼ਨ ਨੂੰ, ਉਹ ਸਵੇਰੇ ਸ਼ੁਰੂ ਕਰ ਲਓ, ਭਾਵੇਂ ਉਹ 'ਚ ਕੋਈ ਦਿੱਕਤ ਨਹੀਂ, ਫਲਾਈਟ ਵੀ ਜਾ ਰਹੀਆਂ ਨੇ ਅਤੇ ਕਾਰਗੋ ਟਰਮੀਨਲ ਵੀ ਬਣਿਆ। ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਖੜਾ ਪੱਕ ਚੁੱਕਾ, ਹਰ ਇੱਕ ਉਮੀਦਵਾਰ ਲੋਕਾਂ 'ਚ ਵਿਚਰ ਰਹੇ ਨੇ ਕਿ ਲੋਕਾਂ ਦੀਆਂ ਮੁੱਢਲੀਆਂ ਮੁਸ਼ਕਲਾਂ ਹੈਗੀਆਂ ਨੇ ਉਹ ਜਾਣਦੇ ਨੇ ਪਏ ਨੇ। ਅੰਮ੍ਰਿਤਸਰ ਗੁਰੂਨਗਰੀ ਦੀ ਗੱਲ ਕੀਤੀ ਜਾਵੇ, MP ਗੁਰਜੀਤ ਸਿੰਘ ਔਜਲਾ ਕਿਉਂਕਿ ਜੋ ਕਾਂਗਰਸ ਤੋਂ ਉਮੀਦਵਾਰ ਨੇ MP ਦੇ, ਔਜਲਾ ਸਾਹਿਬ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਉੱਪਰ ਪਹੁੰਚੇ, ਉਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਿਹਨਾਂ ਦੀਆਂ ਮੁਸ਼ਕਲਾਂ ਪੈਂਡਿੰਗ 'ਚ ਆ ਰਹੀਆਂ? ਨਹੀਂ, ਮੁਲਾਕਾਤ ਨਹੀਂ ਕੀਤੀ ਮੈਂ ਉਹਨਾਂ ਨੂੰ ਨਾਲ ਲੈ ਕੇ, ਆਸ਼ੀਰਵਾਦ ਪ੍ਰਾਪਤ ਕੀਤਾ ਜਲਿਆਣੇ ਬਾਗ ਦਾ, ਕੋਈ ਪੋਲੀਟੀਕਲ ਬੰਦੇ ਨਹੀਂ ਸੀ, ਸਿਰਫ ਤੇ ਸਿਰਫ ਉਹ ਪਰਿਵਾਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਲਿਆਂ ਵਾਲੇ ਬਾਗ 'ਚ, ਸਿਰਫ ਉਹਨਾਂ ਨੂੰ ਨਾਲ ਲੈ ਕੇ ਹੀ ਨਤਮਸਤਕ ਹੋਏ ਹਾਂ, ਕਿਉਂਕਿ ਇਸ ਧਰਤੀ ਤੋਂ ਸਾਨੂੰ ਸੈਕੂਲਰਿਜ਼ਮ ਔਰ ਸੰਵਿਧਾਨ ਦੀ ਜਿਹੜੀ ਵੱਡੀ ਲੜਾਈ ਲੜੀ ਗਈ ਆ ਉਹਦਾ ਜਿਹੜਾ ਆਸ਼ੀਰਵਾਦ ਹੈ ਸਾਨੂੰ ਇੱਥੋਂ ਮਿਲਦਾ ਹੈ। ਸੋ ਇਲੈਕਸ਼ਨ ਜਿਹੜੀ ਹੈ ਇਹ ਕੋਨਸਟੀਟਿਊਸ਼ਨ ਨੂੰ ਮਤਲਬ ਪ੍ਰੋਟੈਕਟ ਕਰਨ ਦੀ, ਜਿਸ ਜੋ ਹਾਲਾਤ ਦੇ 'ਚ ਪਏ ਆ, ਸੋ ਇੱਥੋਂ ਅਸੀਂ ਆਸ਼ੀਰਵਾਦ ਲਿਆ। ਤੁਸੀਂ ਪਿੰਡਾਂ 'ਚ ਵਿਚਾਰ ਰਹੇ ਹੋ, ਪਿੰਡਾਂ ਦੇ ਲੋਕਾਂ ਦੇ ਕਿਹੜੀਆਂ ਮੁੱਢਲੀਆਂ ਮੁਸ਼ਕਲਾਂ ਹੈਗੀਆਂ ਜੋ ਪੈਂਡਿੰਗ ਚੱਲਦੀਆਂ ਪਈਆਂ ਹਜੇ? ਦੇਖੋ, ਸਭ ਤੋਂ ਵੱਡੀ ਮੁਸ਼ਕਲ ਡਰੱਗ ਦੀ ਹੈ ਪਿੰਡਾਂ ਦੇ 'ਚ, ਲੋਕ ਬਹੁਤ ਪਰੇਸ਼ਾਨ ਨੇ, ਡਰੱਗ ਦੀ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ, ਮਹਿੰਗਾਈ ਬਹੁਤ ਜ਼ਿਆਦਾ ਵਧੀ, ਲੋਕ ਮਹਿੰਗਾਈ ਤੋਂ ਬਹੁਤ ਪਰੇਸ਼ਾਨ ਨੇ। ਸੋ ਇਹ ਮੁਸ਼ਕਲਾਂ ਨੇ ਜਿਹੜੀਆਂ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਾਂਗੇ ਔਰ ਸਟੇਟ ਗੌਰਮੈਂਟ ਨੂੰ ਵੀ ਖਿਆਲ ਕਰਾਂਗੇ। ਬਹੁਤੇ ਜਿਹੜੇ ਸਟੇਟ ਸਬਜੈਕਟ ਨੇ, ਕਾਨੂੰਨ ਵਿਵਸਥਾ ਸਟੇਟ ਸਬਜੈਕਟ ਹੈ ਜਿਹੜਾ, ਉਹ ਸਟੇਟ ਸਬਜੈਕਟ ਹੈ, ਪਰ ਅਸੀਂ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਉੱਤੇ ਨੱਥ ਪਾਉਣ। ਇਲਾਕੇ ਵਾਲੇ ਉਹ ਕਹਿੰਦੇ ਕਿ ਸਾਡੇ ਤੱਕ ਕੋਈ ਲੀਡਰ ਨਹੀਂ ਅਜੇ ਤੱਕ ਪਹੁੰਚ ਕਰ ਰਿਹਾ, ਤੁਸੀਂ ਤੇ ਵਿਚਰਦੇ ਪਏ ਹੋ, ਹੁਣ ਵੀ ਤੁਸੀਂ ਮਿਲ ਕੇ ਆਏ ਹੋ, ਉਹਨਾਂ ਦੀ ਮੁਸ਼ਕਲਾਂ ਬਹੁਤ ਵੱਧ ਰਹੀਆਂ। ਕਹਿੰਦੇ ਕਿ ਜਿਹੜੇ ਬਾਰਡਰ ਤੋਂ ਪਾਰ ਜਿਹੜੀ ਖੇਤ ਸਾਡੇ ਹੈਗੇ ਨੇ ਉਹ ਸੂਰਾਂ ਨੇ ਫਸਲ ਸਾਡੀ ਬਹੁਤ ਖਰਾਬ ਕਰੀ, ਹਰ ਵਾਰੀ ਸਾਨੂੰ ਹਰਜਾਨਾ ਜਿਹੜਾ ਪੈਂਦਾ। ਦੇਖੋ, ਮੁਸ਼ਕਲਾਂ ਤੇ ਹੈਗੀਆਂ, ਅਸੀਂ ਵਾਰ ਵਾਰ ਉਹ ਮੁੱਦਾ ਪਾਰਲੀਮੈਂਟ 'ਚ ਰੱਖਿਆ, ਹੁਣ ਜ਼ੀਰੋ ਲਾਈਨ 'ਤੇ ਤਾਰ ਜਾ ਰਹੀ ਹੈ ਅਤੇ ਜ਼ਮੀਨ ਉਰਲੇ ਬੰਨੇ ਆ ਜਾਏਗੀ, ਫਿਰ ਮੁਸ਼ਕਲਾਂ ਦੀਆਂ ਘੱਟ ਜਾਣਗੀਆਂ। ਸੋ ਇਹ 4 ਸਾਲ ਲੱਗੇ ਸਾਨੂੰ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਦੇ ਹਾਂ, ਹੁਣ ਉਹ ਜਿਹੜਾ ਕੰਪਲੀਟ ਹੋਇਆ ਕਿ ਤਾਰ ਜਿਹੜੀ ਹੈ ਉਹ 0 ਲਾਈਨ 'ਤੇ ਜਾਏਗੀ। ਸੰਧੂ ਸਾਹਿਬ ਹੁਣ ਕਹਿ ਰਹੇ ਨੇ ਕਿ ਜਿਹੜਾ ਕਿਸਾਨ ਹੀ ਮੇਰਾ ਵਿਰੋਧ ਕਰੇ, ਪਾਰਟੀਆਂ ਵਿਰੋਧ ਕਰਾ ਰਹੀਆਂ। ਸੰਧੂ ਸਾਹਿਬ ਵਿਚਾਰੇ ਰਹੇ ਨੇ, ਉਹਨਾਂ ਨੂੰ ਜੇ ਜ਼ਮੀਨੀ ਹਕੀਕਤ ਪਤਾ ਹੋਵੇ ਤਾਂ ਉਹਨਾਂ ਨੂੰ ਸਮਝ ਹੋਵੇ ਨਾ, ਉਹਨਾਂ ਕਿਸਾਨੀ ਸੰਘਰਸ਼ ਵੇਖਿਆ ਦਾ, ਉਹਨਾਂ ਨੂੰ 10-700 ਕਿਸਾਨਾਂ ਦਾ ਤਾਂ ਫਿਰ ਹੀ ਗੱਲ ਕਰਦੇ ਨਾ, ਉਹ ਤਾਂ ਇਨਾਮ ਦੀ ਮਿਲੀ ਟਿਕਟ ਲੈ ਕੇ ਆਏ ਆ, ਇਨਾਮ ਦੀ ਟਿਕਟ 'ਚ ਪਤਾ ਹੀ ਹੁੰਦਾ ਕਿ ਚਲੋ 5-7 ਦਿਨ 10 ਦਿਨ ਤੁਰ ਫਿਰ ਲਓ, ਉਸ ਤੋਂ ਵੱਧ ਉਹਨਾਂ ਦਾ ਦਰਦ ਨਹੀਂ ਹੈਗਾ ਇਸ ਪ੍ਰਤੀ। ਸੋ ਇਹ ਇਹਨਾਂ ਨੂੰ ਹੁਣ ਕੋਈ ਸ਼ੱਕ ਨਹੀਂ, ਪਿੰਡਾਂ ਦੇ 'ਚ ਰਹਿੰਦੇ ਨੇ ਸਾਰੀਆਂ ਪਾਰਟੀਆਂ ਦੇ ਲੋਕ ਰਹਿੰਦੇ ਨੇ, ਪਰ ਜਵਾਬ ਤਲਬੀ ਦਾ ਜੇ ਕਿਸਾਨ ਦੇ ਜਿਹੜਾ ਮੰਗ ਰਿਹਾ ਉਹਦੀ ਤਾਂ ਤੁਹਾਨੂੰ ਦੇਣੀ ਪਊਗੀ ਨਾ, ਅਤੇ 700 ਕਿਸਾਨ ਸ਼ਹੀਦ ਹੋ ਗਿਆ, ਕੋਈ ਜਵਾਬ ਨਹੀਂ ਹੈਗਾ, ਤੁਸੀਂ ਪਰਚੇ ਕੈਂਸਲ ਕਰਾਉਣੇ, ਤੁਹਾਡਾ ਕੋਈ ਜਵਾਬ ਨਹੀਂ ਹੈਗਾ। ਸੋ ਸਾਰੀਆਂ ਚੀਜ਼ਾਂ 'ਤੇ ਜਵਾਬ ਦੇਣਾ ਸੀ। ਗੁਰਸਿੱਖੋ ਅਤੇ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹੈਗੇ ਨੇ, ਲੱਗਦਾ ਕਿ ਤੇਜਾ ਸਿੰਘ ਸਮੁੰਦਰੀ ਨੇ ਤਾਂ ਬਹੁਤ ਗੁਰਸਿੱਖਵਾਦ ਕੰਮ ਕੀਤਾ, ਪਰ ਉਹ ਕਿਹੜੀ ਲਾਈਨ 'ਤੇ ਚੱਲ ਚੁੱਕੇ, ਜਾ ਕੇ ਦਿੱਲੀ ਦੀ ਝੋਲੀ 'ਚ ਬਹਿ ਚੁੱਕੇ? ਦੇਖੋ, ਮੇਰਾ ਤਾਂ ਇੱਕ ਹੀ ਮੰਨਣਾ ਕਿ ਜਿਹੜੀ ਉਹਨਾਂ ਦੇ ਫਾਦਰ ਸਾਹਿਬ ਦੀ ਲੈਗੇਸੀ ਆ, ਗ੍ਰੈਂਡਫਾਦਰ ਦੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ, ਉਹ ਇੱਕ ਥੌਟ ਸੀ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ੁਰੂਆਤ ਕੀਤੀ, ਉਸ ਤੋਂ ਇਲਾਵਾ ਇੱਕ ਪੰਥਕ ਸੋਚ ਨਾਲ ਬਜੇ ਸੈਕੂਲਰ ਫੋਰਸ ਨਾਲ ਸੋਚ ਰੱਖਦੇ ਸੀ ਉਹ, ਔਰ ਉਹ ਇਹ ਬਿਲਕੁਲ ਉਲਟ ਉਸ ਜਮਾਤ ਨਾਲ ਚਲੇ ਗਏ ਨੇ ਜਿਹੜੀ, ਜਿਨ੍ਹਾਂ ਦੇ ਨਾਲ ਉਹ ਲੜਦੇ ਸੀ। ਅਤੇ ਜਿਹੜਾ ਇਨਸਾਨ ਆਪਣੇ ਗ੍ਰੈਂਡਫਾਦਰ ਦੀ ਸੋਚ ਤੋਂ ਪ੍ਰਭਾਵਿਤ ਨਾ ਹੋ ਸਕਦਾ ਹੋਵੇ, ਉਹ ਲੋਕ ਮੁੱਦਿਆਂ ਤੋਂ ਕੀ ਪ੍ਰਭਾਵਿਤ ਹੋਊਗਾ ਅਤੇ ਲੋਕ ਮੁੱਦੇ ਕੀ ਚੁੱਕੂਗਾ? ਸੋ
ਉਹਨਾਂ ਦੀ ਜਿਹੜੀ ਉਹਨਾਂ ਨਾਲ ਪਿੱਠ ਕਰਨੀ ਹੈ, ਇਹੀ ਸਾਬਤ ਕਰਦੀ ਹੈ ਕਿ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦੀ ਸੋਚ ਤੋਂ ਪ੍ਰਭਾਵਿਤ ਨਹੀਂ ਹੋਇਆ ਅਤੇ ਉਹ ਅੰਮ੍ਰਿਤਸਰ ਵਾਸਤੇ ਕੁਛ ਨਹੀਂ ਕਰ ਸਕਦਾ। ਧਾਰੀਵਾਲ ਸਾਹਿਬ ਨੂੰ ਕਿੱਦਾਂ ਵੇਖ ਰਹੇ ਹੋ? 0-13 ਕਹਿ ਰਹੇ ਨੇ, 0-13 ਉਹਨਾਂ ਨੂੰ ਇੰਨਾ ਹੀ ਦੇਖ ਰਿਹਾ। ਮੇਰਾ ਵਿਜ਼ਨ ਬਹੁਤ ਜ਼ਬਰਦਸਤ ਹੈ। ਹਾਂ, ਵੇਖਣ ਡੇ ਨਾਲੇ 'ਚ ਜਿੰਨਾ ਵਿਕਾਸ ਹੋਇਆ ਪੰਜਾਬ ਦਾ, ਜਿੰਨਾ ਵਿਕਾਸ ਹੋਇਆ, ਜਿਸ ਬੰਦੇ ਡਿਮੋਸ਼ਨ ਹੋ ਗਈ ਹੋਵੇ ਉਹਦਾ ਮੈਂ ਕੀ ਕਹਾਂ? ਉਹਨੂੰ ਤਾਂ ਸਰਕਾਰ ਨੇ ਕਹਿ ਤਾ ਤੂੰ ਗਲਤ ਮੰਤਰੀ, ਤੂੰ ਕੰਮ ਨਹੀਂ ਕਰ ਸਕਦਾ, ਅਤੇ ਉਹ 'ਚ ਮੈਂ ਕੀ ਕਹਾਂ? ਉਹਦੇ 'ਚ ਮੈਂ ਅਮਰੀਕਾ ਪਰਿਵਾਰ ਆਪਣਾ ਛੱਡ ਕੇ ਅੰਮ੍ਰਿਤਸਰ ਗੁਰੂਨਗਰੀ ਦੇ ਵਿੱਚ ਕੰਮ ਕਰ ਰਿਹਾ। ਦੇਖੋ, ਕੰਮ ਕਰ ਰਿਹਾ, ਪਰਿਵਾਰ ਛੱਡ ਆਏ, ਇਹਦਾ ਕੋਈ ਇਨਸਾਨ ਥੋੜ੍ਹਾ ਨਾ ਸਾਡਾ। ਅਸੀਂ ਤਾਂ ਆਪਣੀ, ਜੇ ਨਹੀਂ ਹੈਗਾ ਤਾਂ ਕੋਈ ਹੋਰ ਕਰ ਲਏਗਾ, ਕੋਈ ਕਮੀ ਥੋੜ੍ਹਾ ਇਹਦੇ ਬੰਦਿਆਂ ਦੀ। ਹੁਣ ਤੁਸੀਂ ਅਗਲੀ ਵਾਰੀ ਛੱਡ ਦਿਓ, ਇਲੈਕਸ਼ਨ ਆਉਣੀ ਨਾ ਛੱਡਿਓ, ਪਰਿਵਾਰ ਨੂੰ ਉੱਥੇ ਚਲੇ ਜਾਓ। ਸੋ ਇਹ ਤਾਂ ਸੇਵਾ ਆ, ਇਹ 'ਚ ਸਹਾਨ ਨਹੀਂ ਕਰਨ ਦੀ ਲੋੜ ਹੁੰਦੀ। ਅਮਰੀਕਾ ਛੱਡ ਗਏ, ਕਿੱਥੇ ਛੱਡ ਗਏ? ਇੱਥੇ ਵੀ ਅਮਰੀਕਾ ਵਾਲਾ ਹੀ ਹਾਲ ਹੁੰਦਾ, ਜਿਹਨੇ ਕੰਮ ਕਰਨਾ ਇੱਥੇ ਪਰਿਵਾਰ ਨੂੰ ਟਾਈਮ ਹੀ ਨਹੀਂ ਦਿੱਤਾ ਜਾਂਦਾ। ਸੋ ਇਹ ਕੋਈ ਗੱਲਾਂ ਨਹੀਂ ਗੀਆਂ, ਤੋ ਇਹ ਇਮੋਸ਼ਨਲ ਤਰੀਕੇ ਨਾਲ ਕਰਨਾ ਚਾਹੁੰਦੇ, ਪਰ ਲੋਕਾਂ ਨੂੰ ਅੱਜ ਕੱਲ੍ਹ ਸਭ ਪਤਾ ਆ, ਪਰਿਵਾਰ ਇੱਥੇ ਹੀ ਆ, ਸਾਰੇ ਪਰਿਵਾਰ ਦੇ ਜੀ ਲੱਗੇ ਨੇ ਤੁਹਾਡਾ ਤੁਹਾਡਾ, ਉਹ ਸਭ ਨੂੰ ਪਤਾ ਇਸ ਚੀਜ਼ ਦਾ। ਪਾਰਟੀ ਨੇ ਮੌਕਾ ਦਿੱਤਾ ਅਤੇ ਹੁਣ ਲੋਕ ਜੀ ਤੁਹਾਨੂੰ ਮੌਕਾ ਦਿੰਦੇ ਆ, ਕਿਉਂਕਿ ਪਹਿਲਾਂ ਵੀ ਤੁਸੀਂ ਸੇਵਾ ਨਿਭਾਈਆਂ 2 ਵਾਰ, ਅਤੇ ਕੀ ਅੰਮ੍ਰਿਤਸਰ ਦੇ ਕੰਮ ਕਿਹੜੇ ਜਲਦੀ ਜਲਦੀ ਕੀਤੇ? ਪਹਿਲਾਂ ਤਾਂ ਆਵਾਜਾਈ ਜਿਹੜੇ ਪ੍ਰੋਜੈਕਟ ਪੈਂਡਿੰਗ ਨੇ ਉਹਨਾਂ ਨੂੰ ਠੀਕ ਕਰਨ, ਮਤਲਬ ਕੰਪਲੀਟ ਕਰਨਾ ਹੈ, ਚਾਹੇ ਹਾਈਵੇ ਦਾ ਹੋਵੇ, ਰੇਲਵੇ ਦਾ ਹੋਵੇ, ਏਅਰਪੋਰਟ ਦੇ ਵਿਸਤਾਰ ਦੀ ਗੱਲ ਹੈ। ਉਸ ਤੋਂ ਇਲਾਵਾ ਇਹਨੂੰ ਆਈਟੀ ਹੱਬ ਬਣਾਉਣਾ ਅੰਮ੍ਰਿਤਸਰ ਨੂੰ, ਔਰ ਜਿਹੜੀ ਵਿਵਸਥਾ ਹੈ ਟ੍ਰੈਫਿਕ ਦੀ ਔਰ ਪੋਲਿਊਸ਼ਨ ਦੀ ਵਿਵਸਥਾ ਆ, ਉਹਦੇ ਨਾਲ ਲੜਾਈ ਲੜਨੀ ਆ। ਪਰ ਇਹ ਦੋਵੇਂ ਸਟੇਟ ਸਬਜੈਕਟ ਨੇ, ਸਟੇਟ ਨਾਲ ਮਿਲ ਕੇ ਕੰਮ ਕਰਨਾ ਪਊਗਾ। ਸੋ ਇਹਨਾਂ 'ਤੇ ਵੀ ਕੰਮ ਅਸੀਂ ਕਰਾਂਗੇ। ਡਰੱਗ ਦਾ ਬਹੁਤ ਵੱਡਾ ਇਸ਼ੂ ਆ, ਹੈ ਉਹ ਸਟੇਟ ਸਬਜੈਕਟ ਹੈ, ਪਰ ਸਾਨੂੰ ਇਹ 'ਤੇ ਵੀ ਕੰਮ ਕਰਨਾ ਪਊਗਾ। ਮੈਡੀਕਲ ਟੂਰਿਜ਼ਮ ਦੀ ਮੈਂ ਗੱਲ ਕਰੂੰਗਾ ਕਿ ਉਹਦੇ 'ਤੇ ਕੋਸ਼ਿਸ਼ ਕਰੂੰਗਾ ਕਿ ਉਹਦੇ ਬੜਾਵਾ ਮਿਲੇ, ਅਤੇ ਜਿਹੜੇ ਸਾਡੇ ਇੱਥੋਂ ਦੇ ਟ੍ਰੈਡੀਸ਼ਨਲ ਜਿਹੜੀ ਇੰਡਸਟਰੀ ਸੀ ਉਹਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕਰਾਂਗੇ। ਟ੍ਰੈਡੀਸ਼ਨਲ ਇੰਡਸਟਰੀ ਜਿਹੜੀ ਸਾਡੀ ਨਿਪੁੰਨਤਾ ਹੈ ਉਹਨੂੰ ਕੋਸ਼ਿਸ਼ ਕਰਾਂਗੇ, ਔਰ ਪੈਕੇਜ ਮੈਂ ਆਲਰੇਡੀ ਮੰਗਿਆ ਹੈ ਕਿ ਜਿਹੜਾ ਨੀਮ ਪਹਾੜੀ ਜਿਹੜੇ ਹੈਗੇ ਨੇ ਪ੍ਰਦੇਸ਼ ਆਲਰੇਡੀ ਔਨ ਪ੍ਰੋਸੈਸ ਹੈ। ਦੇਖੋ, ਕੇਂਦਰ ਸਰਕਾਰ ਜਿਹੜੀ ਆ ਉਹ ਡਿਕਟੇਟਰਸ਼ਿਪ ਕਰਦੀ ਆ ਔਰ ਵਰਗੀਕਰਨ ਦੀ ਰਾਜਨੀਤੀ ਕਰਦੀ ਆ, ਐਂਟੀ ਕੰਸਟੀਟਿਊਸ਼ਨਲ ਉਹ ਕੰਮ ਕਰ ਰਹੇ ਨੇ, ਸਰਕਾਰਾਂ ਉਹਨਾਂ ਤੋੜਤੀਆਂ ਨੇ ਔਰ ਗਾਂਹ ਵੀ ਉਹ ਸਰਕਾਰਾਂ ਤੋੜਨ ਦਾ ਧਿਆਨ ਰੱਖ ਰਹੇ ਨੇ। ਇਸ ਵੇਲੇ ਲੋਕਾਂ 'ਚ ਬਹੁਤ ਵੱਡਾ ਗੁੱਸਾ ਆ, ਕਿਉਂਕਿ ਨਿਆਂ ਪਾਲਿਕਾ, ਕਾਰਜ ਪਾਲਿਕਾ, ਵਿਧਾਨ ਪਾਲਿਕਾ ਸਾਰੀਆਂ ਉਹਨਾਂ ਕਰਸ਼ ਕਰਕੇ, ਮਲੀਆਂ ਮੇਟ ਕਰਕੇ ਰੱਖ ਦਿੱਤੀਆਂ ਨੇ, ਅਤੇ ਜਿਹੜੀ ਸਰਕਾਰ ਕੰਸਟੀਟਿਊਸ਼ਨ ਜਾਂ ਉਹਦੇ ਅਧਿਕਾਰ ਨਾ ਦੇ ਸਕੇ ਆਪਣੇ ਸਿਟੀਜ਼ਨ ਨੂੰ, ਅਤੇ ਉਹਦੇ 'ਤੇ ਤੁਸੀਂ ਕੋਈ ਆਸ ਨਹੀਂ ਰੱਖ ਸਕਦੇ। ਇਸ ਵੇਲੇ ਲੜਾਈ ਜਿਹੜੀ ਆ ਇੰਡੀਆ ਅਲਾਇੰਸ ਨੂੰ ਪਾਵਰ 'ਚ ਲਿਆਉਣ ਦੀ ਸਾਰੇ ਲੋਕ ਲੜ ਰਹੇ ਨੇ, ਅਤੇ ਕੰਸਟੀਟਿਊਸ਼ਨ ਬਚਾਉਣ ਦੀ ਲੜ ਰਹੇ ਨੇ ਲੜਾਈ। ਕੇਂਦਰ ਸਰਕਾਰ ED ਦਾ ਜਾਂ CBI ਦਾ ਗਲਤ ਇਸਤੇਮਾਲ ਕਰ ਰਹੀ ਹੈ? ਬਹੁਤ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤੁਸੀਂ ਵੇਖੋ ਨਾ, ਅੱਜ ਭ੍ਰਿਸ਼ਟਾਚਾਰ ਵੀ ਇਹਨਾਂ ਦਾ ਨੰਗਾ ਹੋ ਗਿਆ। ਜਿਹੜੇ ਬੀਫ ਕੰਪਨੀਆਂ ਨੇ ਉਹਨਾਂ ਤੋਂ 250 ਕਰੋੜ ਰੁਪਏ ਇਹਨਾਂ ਨੇ ਇਲੈਕਟਰ ਬੋਂਡ ਦੇ ਨਾਂ ਦੇ ਰਿਸ਼ਵਤ ਲਈ ਹੈ, ਅਤੇ ਇੱਕ ਬੀਫ ਕੰਪਨੀ ਕਿੰਨੀਆਂ ਗਾਵਾਂ ਦਾ ਉਹਨਾਂ ਨੇ ਹੱਤਿਆ ਕੀਤੀ ਹੋਊਗੀ, ਇਹ ਉਦਾਂ ਗਾਂ ਰੱਖਿਆ ਦੀ ਗੱਲ ਕਰਦੇ। ਸੋ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਨਹੀਂ ਆਉਂਦੀ, ਬੀਫ ਕੰਪਨੀ ਤੋਂ ਤੁਸੀਂ 250-250 ਕਰੋੜ ਰੁਪਇਆ ਰਿਸ਼ਵਤ ਲੈ ਰਹੇ ਜੇ ਇਲੈਕਟਰ ਬੋਂਡ ਦੇ ਨਾਂ 'ਤੇ, ਪਾਕਿਸਤਾਨ ਦੀਆਂ ਕੰਪਨੀਆਂ ਤੋਂ ਰਿਸ਼ਵਤ ਲੈ ਰਹੇ ਜੇ, ਚਾਈਨਾ ਦੀਆਂ ਕੰਪਨੀਆਂ ਤੋਂ ਰਿਸ਼ਵਤ ਲੈ ਰਹੇ ਜੇ, ਜਿਹੜੇ ਕਰਪਟ ਬੰਦੇ ਉਹਨਾਂ ਨੂੰ ED ਫੜਦੀ ਹੈ ਅਤੇ ਇਲੈਕਟਰ ਬੋਂਡ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਮਤਲਬ ਬਹੁਤ ਵੱਡਾ ਘਪਲਾ ਜਿਹੜਾ ਉਹ ਇਲੈਕਟਰ ਬੋਂਡ ਦਾ ਨਿਕਲਿਆ। ਸੰਧੂ ਸਾਹਿਬ ਕਹਿੰਦੇ ਕਿ 300 ਰੁਪਏ ਕਿਲੋ ਗੋਭੀ ਵਿਕੂਗੀ ਜੀ। ਆ ਸੰਧੂ ਸਾਹਿਬ, ਮੈਂ ਉਹਨਾਂ ਬਾਰੇ ਕੀ ਕਹਾਂ, ਉਹ ਧਰਾਤਲ ਤੋਂ ਦੂਰ ਸੋਚਣ ਡੇ ਨੇ, ਕਿਉਂਕਿ ਪਾਕਿਸਤਾਨ ਨਾਲ ਵੀ ਵਪਾਰ ਖੋਲ੍ਹਣ ਦੇ, ਪਾਕਿਸਤਾਨ ਦੀ ਸਹਿਮਤੀ ਬੜੀ ਜ਼ਰੂਰੀ ਆ ਕਿ ਸਾਡਾ ਪਾਕਿਸਤਾਨ ਦੇ ਨਾਲ, ਉਹ ਸਾਡੀਆਂ ਸਬਜ਼ੀਆਂ ਲੈਂਦੇ ਨਹੀਂ ਗੇ। ਕਾਰਗੋ ਜੇ ਲੈ ਕੇ ਜਾਣਾ ਹੈ ਤਾਂ ਕਾਰਗੋ ਫਲਾਈਟ ਜਿਹੜੀਆਂ ਨੇ ਉਹ ਸ਼ੁਰੂਆਤ ਹੋਣੀਆਂ ਨੇ, ਉਹਦਾ ਤਿਆਰ ਜਿਹੜੀ ਪ੍ਰੋਸੈਸ ਚੱਲ ਹੀ ਰਿਹਾ, ਅਤੇ ਜਦੋਂ ਇੱਥੇ ਇੱਕ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਸਪੋਰਟ ਕਰੂਗੀ ਡਾਇਵਰਸੀਫਿਕੇਸ਼ਨ ਨੂੰ, ਉਹ ਸਵੇਰੇ ਸ਼ੁਰੂ ਕਰ ਲਓ ਭਾਵੇਂ, ਉਹਦੇ 'ਚ ਕੋਈ ਦਿੱਕਤ ਨਹੀਂ, ਫਲਾਈਟ ਵੀ ਜਾ ਰਹੀਆਂ ਨੇ ਅਤੇ ਕਾਰਗੋ ਟਰਮੀਨਲ ਵੀ ਬਣਿਆ। ਕਿਸੇ ਲੋਕਾਂ ਨੂੰ ਮੈਸੇਜ ਦੇਣਾ ਚਾਹੋਗਾ ਕਿ ਸਹੀ ਇਸਤੇਮਾਲ ਕੀਤਾ ਜਾਵੇ? ਮੇਰਾ ਮਨ, ਮੈਂ ਰਿਕੁਐਸਟ ਕਰੂੰਗਾ ਵੋਟ ਪਾਉਣ ਜ਼ਰੂਰ ਜਾਇਓ, ਅਤੇ ਸਿਰਫ ਕੰਸਟੀਟਿਊਸ਼ਨ ਨੂੰ ਬਚਾਉਣ ਦੀ ਲੜਾਈ ਹੈ, ਤੁਹਾਡੇ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਹੈ, ਇਹ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਜ਼ਰੂਰੀ ਹੈ। ਲੱਗਦਾ ਕਿ ਜੇ ਕੇਂਦਰ ਸਰਕਾਰ ਰਹਿੰਦੀ ਕਹਿੰਦੇ ਮੁੜ ਕੇ ਉਸ ਤੋਂ ਬਾਅਦ ਚੋਣਾਂ ਨਹੀਂ ਹੋਣੀਆਂ?
ਬਿਲਕੁਲ ਡਿਕਟੇਟਰਸ਼ਿਪ ਅਣ ਲਾਣੀ ਪਹਿਲਾਂ ਹੀ ਆ। ਬਾਰਾਂ ਤੋਂ ਬਾਅਦ ਸਟੇਟਾਂ ਨਾਲ ਤੋੜ ਕੇ ਮਤਲਬ ਸਰਕਾਰਾਂ ਲੋਕ ਬਣਾਉਂਦੇ ਉਹ ਤੋੜ ਦਿੰਦੇ ਆ, ਉਹ ਬਣਾਉਂਦੇ ਉਹ ਤੋੜ ਦਿੰਦੇ ਆ, ਚੱਲਣ ਦਿੰਦੇ ਹੀ ਨਹੀਂ। ਸੋ ਉਹਨਾਂ ਨੂੰ ਲਾਂਭੇ ਕਰਨਾ ਬੜਾ ਜ਼ਰੂਰੀ ਹੈ। ਕਾਂਗਰਸ ਦੇ ਉਮੀਦਵਾਰ MP ਗੁਰਜੀਤ ਸਿੰਘ ਔਜਲਾ ਨੇ, ਜਿਨ੍ਹਾਂ ਨੇ ਆਪਣੇ ਨਿੱਜੀ ਵਿਚਾਰ ਲਿਵਿੰਗ ਇੰਡੀਆ ਦੇ ਉੱਪਰ ਰੱਖੇ ਨੇ, ਤਾਂ ਉਹਨਾਂ ਦੇ ਵੱਲੋਂ ਅਪੀਲ ਵੀ ਲੋਕਾਂ ਨੂੰ ਕੀਤੀ ਗਈ ਆ ਕਿ ਵੋਟ ਪਾਉਣ ਜ਼ਰੂਰ ਜਾਓ ਅਤੇ ਵੋਟ ਦਾ ਆਪਣਾ ਸਹੀ ਇਸਤੇਮਾਲ ਕਰੋ। ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।